ਔਨਲਾਈਨ ਸਸਤੀ ਮਿਲ ਜਾਂਦੀਆਂ ਨੇ, ਪਰ ਉਹਨਾਂ ਦਾ ਥੋੜ੍ਹਾ ਜਿਹਾ ਐਂ ਹੁੰਦਾ ਹੈਗਾ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਹੋਊਗੀ, ਕੀ ਉਹ ਪ੍ਰੈਸ ਰਹੂਗਾ, ਇਹ ਚੀਜ਼ਾਂ ਦਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈਗਾ। ਵੈਸੇ ਮੈਂ ਇਹ ਔਫਲਾਈਨ ਵੀ ਲਿੱਤਾ, ਮੈਨੂੰ ਇਸ ਦੇ ਵਿੱਚ ਕੋਈ ਗਰੰਟੀ ਵਰੰਟੀ ਕੁਛ ਨਹੀਂ ਦਿੱਤੀ ਗਈ ਹੈਗੀ, ਬਸ ਉਹ ਐਂ ਕਹਿੰਦੇ ਨੇ ਬਸ ਇੱਕ ਵਾਰ ਚਲਾ ਕੇ ਦੇਖ ਲਓ, ਜੇ ਚੱਲਦਾ ਤਾਂ ਠੀਕ ਹੈ, ਨਹੀਂ ਉਹਨਾਂ ਨੂੰ ਕਹਿੰਦੇ ਨੇ ਵੀ ਚੇਂਜ ਕਰਕੇ ਦੇ ਦਾਂਗੇ, ਇੱਕ ਅੱਧੇ ਦਿਨ ਦੀ ਗਰੰਟੀ ਦਿੰਦੇ ਨੇ। ਔਨਲਾਈਨ ਵੀ ਇਹ ਚੀਜ਼ ਹੈਗਾ, ਔਨਲਾਈਨ ਆਏ ਹੁੰਦਾ ਆਪਾਂ ਨੂੰ ਕਈ ਵਾਰ ਚੀਜ਼ ਖਰਾਬ ਨਿਕਲਦੀ, ਆਪਾਂ ਰਿਪਲੇਸ ਨਹੀਂ ਕਰ ਸਕਦੇ ਹੈਗੇ। ਕਈ ਕੰਪਨੀਆਂ ਹੈਗੀਆਂ ਨੇ ਰਿਪਲੇਸ ਕਰਦੀਆਂ ਨੇ, ਪਰ ਕਈ ਕੰਪਨੀਆਂ ਨਹੀਂ ਹੈਗੀਆਂ। ਜਿਹੜੀ ਕੰਪਨੀ ਰਿਪਲੇਸ ਕਰਦੀਆਂ ਨੇ ਉਹਨਾਂ ਦਾ ਰੇਟ ਵੀ ਜ਼ਿਆਦਾ ਨੇ, ਪਰ ਆਪਾਂ ਆਪਦਾ ਬਜਟ ਵੀ ਦੇਖਣਾ ਹੈਗਾ, ਉਸ ਹਿਸਾਬ ਨਾਲ ਆਪਾਂ ਦੇਖੀਏ। ਤਾਂ ਮੈਨੂੰ ਇਹ ਚੀਜ਼ ਬੈਸਟ ਲੱਗੀ ਔਫਲਾਈਨ। ਇਸ ਦਾ ਬੋਕਸ ਹੈਗਾ, ਜੇ ਤੁਸੀਂ ਨੇ ਮੰਗਾਉਣਾ ਹੋਊਗਾ ਤਾਂ ਦੇਖ ਸਕਦੇ ਹੋ। ਮੈਂ ਔਨਲਾਈਨ ਇਸ ਦਾ ਦੇਖ ਲੂੰਗਾ, ਜੇ ਔਨਲਾਈਨ ਇਹ ਕੰਪਨੀ ਦਾ ਮਿਲਦਾ ਹੋਇਆ ਤਾਂ ਦੱਸ ਦੂੰਗਾ, ਅਤੇ ਇੱਕ ਦੋ ਮੈਂ ਸਾਨੂੰ ਹੋਰ ਵੀ ਔਨਲਾਈਨ ਦੱਸ ਦੂੰਗਾ ਵੀ ਇਸ ਤੋਂ ਇਸ ਦੇ ਇਮੇਜ ਦੇ ਜੋ ਵੀ ਇਹਦੇ ਨਾਲ ਮਿਲਦੇ ਜੁਲਦੇ ਔਨਲਾਈਨ ਮੰਗਾਉਣੇ ਹੁੰਦੇ ਨੇ। ਕਈ ਵਾਰ ਐਂ ਹੁੰਦਾ ਨਾ, ਇਹ ਲੋਕਲ ਆਪਦੇ ਸ਼ਹਿਰ ਦੇ ਵਿੱਚ ਹੀ ਬਣਦੇ ਹੁੰਦੇ ਨੇ, ਕੋਈ ਪ੍ਰੋਬਲਮ ਕੁਛ ਵੀ ਹੁੰਦਾ ਹੈਗਾ ਹੋਰ ਸ਼ਹਿਰ ਦੇ ਵਿੱਚ ਨਹੀਂ ਮਿਲਦਾ ਇਹ, ਤਾਂ ਇਸ ਨਾਲ ਰਿਲੇਟਡ ਜਿਹੜੇ ਵੀ ਹੋਣਗੇ ਮੈਂ ਉਹਨਾਂ ਦੇ ਲਿੰਕ ਨੀਚੇ ਦੇ ਦੂੰਗਾ, ਤੁਸੀਂ ਉੱਥੇ ਜਾ ਕੇ ਬਾਏ ਕਰ ਸਕਦੇ ਹੋ। ਚਲੋ ਮੈਂ ਇਹਦਾ ਹੁਣ ਸੈਟਅਪ ਕਰ ਲੈਂਦਾ ਗਾ, ਇਸ ਤੋਂ ਬਾਅਦ ਸੈਟਅਪ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਗੱਡੀ ਧੋ ਕੇ ਦੇਖਾਂਗੇ ਅਤੇ ਮੋਟਰਸਾਈਕਲ ਵਗੈਰਾ ਧੋ ਕੇ ਦੇਖਾਂਗੇ ਵੀ ਕਿਵੇਂ ਕੰਮ ਕਰਦਾ ਹੈਗਾ। ਇਹ ਇੰਸਟਾਲ ਕਿਵੇਂ ਕਰਨਾ ਹੈਗਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿੰਦਾ ਗਾ। ਜਿਹੜਾ ਆਹ ਪੈਪ ਪ੍ਰੈਸਰ ਹੈਗਾ, ਜਿਵੇਂ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਨਿਊਜ਼ਲ ਲੱਗੀ ਹੋਈ ਹੈ, ਇਸ ਨੂੰ ਆਪਾਂ ਨਿਊਜ਼ਲ ਨੂੰ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਨਿਊਜ਼ਲ ਨੂੰ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਬਸ ਇਸ ਨੂੰ ਨਟ ਨੂੰ ਐਵੇਂ ਕਸਣਾ ਕਸਣਾ ਹੈਗਾ, ਹੋਰ ਕੋਈ ਇਹਦੇ ਵਿੱਚ ਵੱਡੀ ਗੱਲਬਾਤ ਹੈ ਨਹੀਂ ਗੀ। ਇਸ ਨੂੰ ਪੂਰੀ ਚੰਗੀ ਤਰ੍ਹਾਂ ਕੱਸ ਲਓ, ਜਿਹਦੇ ਕਾਰਨ ਜੇ ਢਿੱਲਾ ਰਹਿ ਗਿਆ ਨਾ ਥੋੜ੍ਹਾ ਜਿਹਾ, ਫਿਰ ਪਾਣੀ ਵਗੈਰਾ ਵੀ ਲੀਕ ਹੋਣ ਦੇ ਚਾਂਸ ਹੁੰਦੇ ਨੇਗੇ, ਉਹ ਪੰਪ ਦੇ ਪਾਣੀ ਪੈ ਸਕਦਾ। ਵੈਸੇ ਤਾਂ ਇਹ ਪੰਪ ਉਹਨਾਂ ਨੇ ਵਾਟਰ ਪਰੂਫ ਬਣਾਇਆ ਹੋਇਆ, ਪਰ ਆਪਾਂ ਰਿਸਕੀ ਕਿਉਂ ਲਈਏ। ਅਤੇ ਦੂਸਰਾ ਇਸ ਦਾ ਜਿਹੜਾ ਸਿਰ ਹੈਗਾ, ਇਸ ਨੂੰ ਵੀ ਤੁਸੀਂ ਨੇ ਇਸ ਤਰ੍ਹਾਂ ਪਾ ਕੇ ਨਾ ਐਵੇਂ ਜਿਵੇਂ ਆ ਦੇਖੋ ਤੁਸੀਂ ਇਸ ਦੇ ਵਿੱਚ ਪੈ ਗਿਆ, ਬਸ ਇਸ ਤਰ੍ਹਾਂ ਉਹ ਕੱਸ ਦੇਣਾ। ਬਸ ਉਹ ਜਿਵੇਂ ਤੁਸੀਂ ਖੇਤਾਂ ਵਿੱਚ ਸਪਰੇਅ ਕਰਦੇ ਹੋ ਉਸ ਤਰ੍ਹਾਂ ਹੀ ਇਹ ਸਪਰੇਅ ਵਾਲੀ ਪੰਪ ਸਮਝ ਲਓ, ਇਸ ਨੂੰ ਐਂ ਕੱਸ ਲੈਣਾ ਗਾ, ਪੂਰਾ ਚੰਗੀ ਤਰ੍ਹਾਂ ਕੱਸ ਲਓ ਜਿਹਦੇ ਕਾਰਨ ਵੀ ਪਾਣੀ ਲੀਕ ਨਾ ਕਰੇ। ਅਤੇ ਆਹ ਇਸ ਦੀ ਗੰਨ ਆ ਜਾਂਦੀ ਹੈਗੀ, ਉਰੇ ਆਪਾਂ ਨੂੰ ਲੋਕ ਮਿਲ ਜਾਂਦਾ ਹੈਗਾ, ਜੇ ਆਪਾਂ ਪਾਣੀ ਕਈ ਵਾਰ ਆਪਾਂ ਉੱਧਰ ਪੰਪ ਆਉਣਾ ਹੁੰਦਾ ਹੈਗਾ ਅਤੇ ਆਪਾਂ ਦੱਬ ਲੈਂਦੇ ਹੁੰਦੇ ਹਾਂਗੇ, ਅਤੇ ਉਹਦੇ ਵਿੱਚ ਪ੍ਰੈਸਰ ਆਉਂਦਾ ਹੈਗਾ, ਇਹ ਇਸ ਦਾ ਲੋਕ ਦਿੱਤਾ ਹੋਇਆ ਹੈਗਾ, ਜਦੋਂ ਤੁਸੀਂ ਨਹੀਂ ਯੂਜ਼ ਕਰ ਰਹੇ ਇਹਨੂੰ ਲੋਕ ਲਾ ਦਿਓ ਤਾਂ ਕਿ ਇਹ ਪ੍ਰੈਸਰ ਨਾ, ਕਿਉਂਕਿ ਪ੍ਰੈਸਰ ਇਸ ਦਾ ਬਹੁਤ ਤੇਜ਼ ਹੈ, ਕਈ ਵਾਰ ਮੂੰਹ 'ਤੇ ਵੱਜ ਜੇ ਨਾ ਤਾਂ ਨੁਕਸਾਨ ਕਰ ਸਕਦਾ, ਇਸ ਲਈ ਲੋਕ ਨੂੰ ਆਉਣ ਹੀ ਰੱਖਿਆ ਕਰੋ, ਇਹ ਲੋਕ ਬੰਦ ਕਰਕੇ ਇਸ ਨੂੰ ਐਂ ਕਰਕੇ ਯੂਜ਼ ਕਰ ਸਕਦੇ ਹੋਗੇ। ਆਹ ਮੂਹਰੇ ਇਸ ਦਾ ਘੱਟ ਵੱਧ ਕਰਨ ਲਈ ਆ ਜਾਂਦਾ ਹੈਗਾ, ਜਿਵੇਂ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਦੋ ਪੱਤੀਆਂ ਨੇਗੀਆਂ, ਜੇ ਆਪਾਂ ਇਸ ਨੂੰ ਪੂਰਾ ਇਹਦਾ ਮੂੰਹ ਖੋਲ੍ਹ ਲਾਂਗੇ ਤਾਂ ਇਸਦੀ ਧਾਰ ਜਮ੍ਹਾਂ ਸਿੱਧੀ ਵੱਜਦੀ ਹੈਗੀ, ਜੇ ਥੋੜ੍ਹਾ ਜਿਹਾ ਇਸ ਤਰ੍ਹਾਂ ਐਵੇਂ ਇਹਨੂੰ ਐਂ ਘੁਮਾਉਂਦੇ ਜਾਵਾਂਗੇ ਤਾਂ ਥੋੜ੍ਹਾ ਜਿਹਾ ਪ੍ਰੈਸਰ ਇਹ ਖਿੰਡਮਾ ਜਿਹਾ ਪਾਣੀ ਮਾਰਦਾ ਹੈਗਾ। ਜਦੋਂ ਵੀ ਗੱਡੀ ਤੁਸੀਂ ਧੋਣੀ ਹੈ ਨਾ, ਤੁਸੀਂ ਜ਼ਿਆਦਾਤਰ ਧਿਆਨ ਰੱਖਿਓ ਅਤੇ ਕਦੇ ਵੀ ਤੁਸੀਂ ਨੇ ਡਾਇਰੈਕਟ ਗੱਡੀ ਦੇ ਜਿਹੜਾ ਉੱਪਰ ਪੇਂਟ ਹੁੰਦਾ ਉੱਥੇ ਸਿੱਧਾ ਇਸ ਤਰ੍ਹਾਂ ਮੂੰਹ ਖੋਲ੍ਹ ਕੇ ਪ੍ਰੈਸਰ ਨਹੀਂ ਮਾਰਨਾ, ਇਹਦੇ ਨਾਲ ਰੰਗ ਵੀ ਲੈ ਸਕਦਾ ਹੈਗਾ। ਤੁਸੀਂ ਜਿੰਨੀ ਕੁਛ ਹੋ ਸਕੇ ਨਾ ਤੁਸੀਂ ਥੋੜ੍ਹਾ ਜਿਹਾ ਇਸਦਾ ਮੂੰਹ ਬੰਦ ਕਰ ਐਵੇਂ ਪ੍ਰੈਸਰ ਮਾਰੋ। ਕਈ ਵਾਰ ਟਰੈਕਟਰ ਵੀ ਧੋਂਦੇ ਆਪਾਂ ਤਾਂ ਸਿੱਧਾ ਡਾਇਰੈਕਟ ਉਹਦੇ ਉੱਪਰ ਲੇ ਕਲਰ ਉੱਥੇ ਨਹੀਂ, ਡਾਇਰੈਕਟ ਐਂ ਪ੍ਰੈਸਰ ਨਹੀਂ ਮਾਰਨਾ ਇਹਦਾ, ਬਸ ਜਿੱਥੇ ਟਾਇਰਾਂ ਥੱਲੇ ਮਿੱਟੀ ਵਗੈਰਾ ਹੁੰਦੀ ਹੈ ਉੱਥੇ ਤੁਸੀਂ ਮਾਰ ਸਕਦੇ ਹੋਗੇ, ਪਰ ਉੱਪਰ ਨਹੀਂ ਮਾਰਨਾ ਹੈਗਾ। ਇਸ ਤਰ੍ਹਾਂ ਦੀ ਗੰਨ ਆ ਜਾਂਦੀ ਹੈ, ਇਸ ਦੇ ਮੂਹਰੇ ਜਿਵੇਂ ਆਹ ਹੈਗਾ, ਇਸ ਨੂੰ ਖੋਲ੍ਹ ਕੇ ਤੁਸੀਂ ਇਹਦੇ ਮੂਹਰੇ ਹੋਰ ਵੀ ਕੁਛ ਵਗੈਰਾ ਫਿੱਟ ਕਰ ਸਕਦੇ ਹੋਗੇ। ਮੈਂ ਜਿਹੜਾ ਇਹਦਾ ਫੋਮ ਬੋਕਸ ਦੇਖਿਆ ਸੀਗਾ ਹੈ ਨਾ, ਉਹ ਇਸ ਦੇ ਅੱਗੇ ਐਂ ਅਟੈਚ ਹੁੰਦਾ ਹੈਗਾ, ਅਤੇ ਮੈਂ ਉਹਦਾ ਰਿਜ਼ਲਟ ਦੇਖਿਆ, ਮੈਨੂੰ ਕੁਛ ਉਹ 'ਤੇ ਸੰਤੁਸ਼ਟੀ ਨਹੀਂ ਮਿਲੀ ਜਿਹੜਾ ਇਹਦੇ ਨਾਲ, ਤੁਸੀਂ ਦੇਖ ਸਕਦੇ ਹੋਗੇ। ਇੱਕ ਮਿੰਟ ਮੈਂ ਦਿਖਾਉਣਾ ਹੈਗਾ,